टीम जी फाइनल च आ गई है। लंबू कोच साहब भी बह गए टिक टिकी ला के ਉਧਰਲੇ ਪਾਸੇ ਕਹਿੰਦੇ ਕਿੱਦਾਂ ਦਾ ਖਿਡਾਰੀ ਆਇਆ ਜਿਹਨੂੰ ਵੱਡੇ ਸਨਮਾਨ ਜਿਹੜੇ ਮਿਲੇ ਹੋਏ ਆ ਇੱਕ ਬਹੁਤ ਵੱਡਾ ਸਨਮਾਨ ਉਹਨਾਂ ਭਰਾਵਾਂ ਦਾ ਪਹਿਲਾਂ ਮੈਂ ਤੇ ਧੰਨਵਾਦ ਕਰਾਂਗਾ वखरे रंग दी टी शर्ट पाई हुई है और गोरा नशो रंग है सतारा दी जनाब जी सतारा दी रामकोट की सर्विस है सतारा मैच है लो जी एक तगड़े फाइनल की शुरुआत है जी। हाँ जी शुरू कर दी मैच आप 11,000 की टक्कर पहली सर्विस कर दी है खेड के मैदान नंबर पहला पटाका पाता प्रदीप ने दौन आले ने पहले अंक तक वाधा शुरुआत कर दी है भी जिदा मर्जी खिलाड़ी गुरु बिना है अनाड़ी जिहदी शुरुआत माड़ी ते अखीर की करे आओ मत्था टेकना नहीं आउंदा ते फकीर की करे आ तैनू मंगना ना आवे ते गुरु पीर की करे बड़ी तगड़ी शुरुआत की है दौड़ वाले ने कहते रामे जेड़े वो साफ कर दिते है सेंटर च सुरेश है मुंडा कहते रामकोट की धरती का नाल खब्बा खड़ा एक पासे टीम कहते रामकोट की भी बड़ी टॉप की टीम है बड़ी चोटी की टीम है वाव ताऊ नहीं उड़ीसा आ मुंडा कहते सुरेश रामकोट की धरती का थोड़े समय च वड्डी मेहनत करके एक वधिया खिलाड़ी बन गया नौजवान ये भी कहते चंडिया उस्तादा का चंडिया आ मक्खण है जिन्हें कहते कोशिश की है रवि दुबे वाला देख सामने आओ टिकाने की शुरुआत ताऊ का मैच ही है जी ताऊ का मैच ही है नंबर दूजा कैमरे सामने हरायपुर ताऊ वर्गे कमल वर्गे दसी होनी जिन्ने वीर भरा बैठे हो तुसी तुहाडा बहुत बहुत धन्यवाद है सारे सत्कार योग वीरां दा अज बड़ा साथ दिता भरावां ने इधर प्रबंधक कमेटी वाले भरा बैठे है ते माशे बाई दे सज्जन मित्र जिहड़े आए है ते कहिंदे मोढे नाल मोढा ला के खड़े है अपना आपदा टूरनामेंट है वीरां दा ते अपने आप दे टूरनामेंट तो भी वध के जिहड़ी मेरे मित्र गल टिकाने लाई है बहुत वड्डियां जिम्मेवारियां ने ਬਾਈ ਗੁਰਦੇਵ ਹੋਣਾ ਦਾ ਬਹੁਤ ਵੱਡਾ ਧੰਨਵਾਦ ਮੈਂ ਕਰਦਾ ਹੈ ਕੱਲੇ ਕੱਲੇ ਮੈਚ ਦੀ ਕਿਹਦੇ ਵੱਡੀ ਜ਼ਿੰਮੇਵਾਰੀ ਸਾਂਭੀ ਹੈ ਭਰਾਵਾਂ ਨੇ ਹਰ ਨਾਲ ਸਾਡੇ ਜਗਦੀਪ ਬਾਈ ਹੋਣੀ ਹੈ ਬਾਲ ਗਰਾਊਂਡ ਵਾਲਾ ਵੱਡਾ ਆਪਾਂ ਹਰਾਇਪੁਰ ਨੂੰ ਹਾਰ ਗਏ ਹੈਪੀ ਵੀਰੇ ਵੱਡੇ ਹੁੰਦੇ ਆ ਸੈਮੀ ਫਾਈਨਲ ਬਾਈ ਜੀ ਪ੍ਰਦੀਪ ਹੈ ਬੱਲੂ ਵਾਲੇ ਸਰਬੀ ਹਾਂਜੀ ਹਾਂਜੀ ਗਿੰਦਾ ਧਾਲੀਆ ਜੀ ਕੀ ਹਾਲ ਹੈ ਵੀਰੇ ਵਧੀਆ ਲੱਗਿਆ ਮੈਚ ਹੈਪੀ ਬਾਈ ਬੜੀ ਵੱਡੀ ਮਿਹਨਤ ਕੀਤੀ ਹੈ ਬਾਲ ਇੰਨਾ ਮੈਚ ਹੀ ਹੁੰਦਾ ਮੈਚ ਚੰਗਾ ਲੱਗ ਗਿਆ 0 ਤੇ 2 ਤੇ 3 रामकोटी मुंडे कहते अड वड्डा मान करी बैठे दौन वाले प्रदीप के उपर है पर इधरले पासे मुंडा कहते सुरेश है जेडे मैचा दे विच आ मुंडा चलदा ना है पर फर्क बड़े नहीं तेरे मेरे हालातां दे आ मुंडा वाकई कहिंदे वाकई फर्क ते बहुत वड्डे आ चांदली वालिया फर्क तां पै गया मैं 10 दिसंबर दी अपॉइंटमेंट लै ली है उदू बाद फर्क पै जाणगे इधरले पासे कहिंदे अगली सर्विस मक्खन ने कर दी है लंबू आओ परले पासे उठिया उरले पासे आ गया है जी नहीं लगता कितने आ सामने गुलाटे वाली आ समझावा मुंडिया नू मैच फाइनल है ते लंबू कहिंदा टी शर्ट मोड़ के लै जो जे ना जिते ना
ਜਿਹੜੀ ਗਿਫਟ ਕੀਤੀ ਭਾਈ ਹੁਣ ਤਾਂ ਇੱਕੋ ਹੀ ਗਰਾਊਂਡ ਚੱਲੀ ਜਾਂਦਾ ਵੀਰੇ ਇੱਕੋ ਹੀ ਗਰਾਊਂਡ ਚੱਲੀ ਜਾਂਦਾ ਜੀ ਹੁਣ ਤਿੰਨ ਨੰਬਰ ਦਾ ਲਾਈਵ ਕੀ ਕਰਨਾ ਵੀਰੇ ਰਾਜਪੁਰੀਆ ਜੋੜਦਾ ਪੁਆਇੰਟ ਆਹ ਸਾਹਮਣੇ ਡਾਊਨ ਦਾ ਪ੍ਰਦੀਪ ਗਲਤੀ ਕਰ ਗਿਆ ਬਾਲ ਆਊਟ ਹੈ ਤੇ ਸਫਲਤਾ ਜਿਹੜੀ ਹਰ ਰਾਜਪੁਰ ਦੇ ਖਾਤੇ ਆਹ ਰੋਹਿਤ ਸਾਹਿਬ ਆ ਗਏ ਫੇਰ ਹਰ ਰਾਜਪੁਰ ਦੇ ਖਾਤੇ ਅੰਦਰ ਵੀਰ ਆ ਸਾਡਾ ਜਿੰਦੂ ਕਹਿੰਦੇ ਜਿਹਦੇ ਵੱਲੀਆਂ ਬੈਸਟ ਨੈਟਮੈਨ ਰਾਮਕੋਟ ਸੁਰੇਸ਼ ਵਰਗੇ ਨਾਲ ਪ੍ਰਦੀਪ ਦਿਓਣ ਕਮਾਲਾਂ ਕਹਿੰਦੇ ਹੋਣੀਆਂ ਹਾਰ ਜਿਹੜੀ ਟੀਮ ਪਹਿਲੇ ਨੰਬਰ ਤੇ ਰਹੇਗੀ ਉਹਨੂੰ ਪੂਰਾ ਪੂਰਾ 11,000 ਦਿੱਤਾ ਜਾਣਾ ਹੈ ਤੇ ਜਿਹੜੀ ਟੀਮ ਦੂਜੇ ਨੰਬਰ ਤੇ ਰਹੇਗੀ ਉਹਨੂੰ 7,100 ਰੁਪਇਆ ਕਹਿੰਦੇ ਜਿਹੜਾ ਦਿੱਤਾ ਜਾਣਾ ਹੈ ਤੇ ਗੱਲਾਂ ਬਾਤਾਂ ਜਿਹੜੀਆਂ ਟਿਕਾਣੀ ਲੱਗਣੀਆਂ ਹੈ ਇੱਥੋਂ ਪਤਾ ਲੱਗਣਾ ਹੈ ਵੀ ਕਿਹੜੀ ਟੀਮ ਅੱਜ ਪਹਿਲੀ ਟਰਾਫੀ ਦੇ ਨਾਲ ਪਹਿਲੇ ਬਾਈ ਤੇਰਾ ਕੀ ਸੀਗਾ ਪੇਜ ਆ ਕਿ ਚੈਨਲ ਆ ਤੇਰਾ ਬਾਈ ਲੋ ਵੀਰੇ ਹੁੰਦੀ ਹੈ ਤੇ ਕਿਹੜੀ ਟੀਮ YouTube ਤੇ ਆ ਕੇ Facebook ਤੇ ਇੱਥੋਂ 7,700 ਰੁਪਏ ਦਾ ਪੇਜ ਪਾਉਣੀ ਹੈ ਰੌਲਾ ਸਾਰਾ ਪੋਸਟਾਂ ਦਾ ਨਹੀਂ ਤੇ ਪੀਵੀ 30 ਵਿੱਚ ਪੁੱਛੀ ਜਾਂਦੇ ਉਹਨਾਂ ਮੈਚ ਮੂਹ ਦੇਖਣਾ ਪੀਵੀ 30 ਮੇਰ ਕਰੇ ਪ੍ਰਮਾਤਮਾ ਸੱਚੇ ਪਾਤਸ਼ਾਹ ਇਹ ਪਿਆਰ ਸਤਿਕਾਰ ਜਿਹੜੇ ਵਾਹ ਚੋਪੜਾ ਨਹੀਂ ਉੜੀਸਾ ਰਾਮਕੋਟ ਦਾ ਕਹਿੰਦੇ ਸੁਰੇਸ਼ ਹੈ ਕਿੰਨੇ ਹੋ ਗਏ ਜੀ ਪੁਆਇੰਟ 5-1 ਹੋ ਗਏ 5 ਨੰਬਰ ਰਾਮਕੋਟ ਦੇ ਆ ਤੇ ਬਰਾੜ ਸਾਹਿਬ 1 ਨੰਬਰ ਉਰਲੇ ਪਾਸੇ ਹਰ ਰਾਜਪੁਰ ਵਾਲੇ ਮੁੰਡਿਆਂ ਦਾ ਤਿੰਨ ਕੋਣੀ ਕਹਿੰਦੇ ਹਰ ਰਾਜਪੁਰ ਦੇ ਚਰਚੇ ਹੁੰਦੇ ਆ ਗੋਟਿਆਣਾ ਜ਼ਿਲ੍ਹੇ ਬਠਿੰਡੇ ਦੇ ਚਰਚੇ ਬਾਲ ਜਿਹੜੀ ਆਊਟ ਤੇ ਮੁੰਡਾ ਕਹਿੰਦੇ ਲੁਧਿਆਣੇ ਵਾਲਾ ਤਿਆਰ ਪਰ ਤਿਆਰ ਹੈ 955 ਤੋਂ ਉੱਪਰ ਕਹਿੰਦੇ ਪਿੰਡ ਜਿਹੜੇ ਪਿੰਡ ਆ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਜਦੋਂ ਲੁਧਿਆਣੇ ਨੂੰ ਲੁਧਿਆਣਾ ਕਹੀਏ ਤੇ ਸਵਾਦ ਵੱਖਰਾ ਪਰ ਰਾਮਕੋਟ ਵਾਲੇ ਨੇ ਇਕੱਲੇ ਵਾਲ ਨਹੀਂ ਵਧਾਏ ਇਹ ਮੁੰਡੇ ਦੀ ਖੇਡ ਵੀ ਕਹਿੰਦੇ ਚੋਟੀ ਦੀ ਹੈ ਪਤਲਾ ਜਿਹਾ ਸਰੀਰ ਹੈ ਤੇ ਗੁੱਟਾਂ 'ਚ ਜਾਨ ਬੜੀ ਹੈ ਪੱਬਾਂ ਦਾ ਫੁਰਤੀਲਾ ਬੜਾ ਇਹ ਆ ਸੁਰੇਸ਼ ਮੁੰਡਾ ਰਾਮਕੋਟ ਦੀ ਧਰਤੀ ਦਾ ਇੱਕ ਵੱਡੀ ਸਫਲਤਾ ਜੋੜ ਗਿਆ ਆਪਣੀ ਟੀਮ ਦੇ ਲਈ ਲਈ ਕਰੀ ਗਏ ਗੱਲ ਲਾ ਉਸ ਸਾਹਮਣੇ ਦੇਖਾਂਗੇ ਮੈਚ ਬੜਾ ਸਿਰੇ ਦਾ ਵੀ ਹੋਇਆ ਫਾਈਨਲ ਮੈਚ ਤੇ ਜੋਰ ਦਿਖਾਏ ਪੱਪੂ ਨੇ ਪੁੱਠੇ ਸਿੱਧੇ ਹੋ ਕੇ ਟੱਪੇ ਪਾਏ ਪੱਪੂ ਨੇ ਹਰ ਟੱਪੇ ਤੇ ਪਾਉਣੇ ਪੈਣੇ ਹੈ ਇੱਕ ਪਾਸੇ ਸੁਰੇਸ਼ ਵਰਗੇ ਮੁੰਡੇ ਹੈ ਨਾਲ ਪ੍ਰਦੀਪ ਆਇਆ ਹੋਇਆ ਹੈ ਤੇ ਸਾਥੀ ਖਿਡਾਰੀ ਵੱਡਾ ਜ਼ੋਰ ਮਾਰ ਰਿਹਾ ਹੈ ਮੈਚ ਜਿੱਤਣ ਦੇ ਲਈ ਪਰ ਇੱਥੋਂ ਕੋਈ ਨਾ ਕੋਈ ਕਰਨਾ ਪੈਣਾ ਹੈ ਮੱਖਣਾ ਕਹਿ ਦੇ ਕਮਲ ਨੂੰ ਵੀ ਇੱਥੋਂ ਕੋਈ ਨਾ ਕੋਈ ਕਰਨਾ ਪੈਣਾ ਹੈ ਤਾਊ ਗੱਲ ਬਣੀ ਨੀ ਵੀਰਿਆ ਗੱਲ ਬਣਾਉਣ ਖਾਤਰ ਇੱਥੋਂ ਜ਼ੋਰ ਲਾਉਣਾ ਪੈਣਾ ਹੈ ਤੇ ਜੇ ਗੱਲ ਨਾ ਬਣੀ ਤੇ ਫਿਰ 7,100 ਦੇ ਸਬਰ ਕਰਨਾ ਪੈਣਾ ਵੀਰਿਆ ਪਰ ਲੰਡੂ ਕਹਿੰਦਾ ਵੀ ਇੱਥੋਂ ਪਹਿਲਾ ਪ੍ਰਾਈਜ਼ ਜਿੱਤਣਾ ਪੈਣਾ ਹੈ ਫੇਰ ਗੱਲ ਬਣਨੀ ਹੈ ਜੇ ਇੱਥੋਂ ਪਹਿਲਾ ਪ੍ਰਾਈਜ਼ ਜਿੱਤੋ ਤੇ ਫੇਰ ਜਿਹੜੇ ਸਵਾਦ ਆਉਣਾ ਹੈ ਉਧਰਲੇ ਪਾਸੇ ਕਹਿੰਦੇ ਇੱਕ ਪਾਸੇ ਜਿਹੜਾ ਪ੍ਰਦੀਪ ਹੈ ਉਹ ਬੱਲੇ ਬੱਲੇ ਬਾਈ ਯਾਰ ਆਹ ਮੁੰਡੇ ਦੀ ਖੇਡ ਵਧੀਆ ਲੱਗੀ ਹੈ ਜਿੰਨੇ ਕੁ ਭਰਾ ਬੈਠੇ ਹੋ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਮੁੰਡੇ ਦੇ ਨਾਂ ਤੇ ਨਵੀਂ ਉਮਰ ਦਾ ਮੁੰਡਾ ਆਉਣ ਵਾਲੇ ਟਾਈਮ ਵਿੱਚ ਬਹੁਤ ਵੱਡੀ ਆਸ ਹੈ ਇੱਕ ਵੱਡਾ ਖਿਡਾਰੀ ਬਣ ਕੇ ਉੱਠੇਗਾ ਇਹ ਰਾਮਕੋਟ ਵਾਲਾ ਇਹ ਸੁਰੇਸ਼ ਹੈ ਕੋਸਾ ਫੇਰ ਆ ਗਿਆ ਉਸਤਾਦ ਦਾ ਸੁਭਾਅ 24 ਘੰਟੇ 12 ਮਹੀਨੇ 30 ਦਿਨ ਹੀ ਰਹਿੰਦਾ ਹੈ ਨੇੜੇ ਰਹਿਣ ਵਾਲੇ ਜਾਣਦੇ ਆ ਵੀ ਲੰਬੂ ਕਿਹੜੀ ਸ਼ਹਿਰ ਦਾ ਨਾਮ ਹੈ ਵੱਡੇ ਚਰਚੇ ਹੁੰਦੇ ਆ ਬਾਹਰ ਸਾਹਮਣੇ ਫੇਰ ਸਰਵਿਸ ਕਰ ਦਿੱਤੀ ਹੈ ਆਹ ਦੇਖੋ ਜੀ ਕੋਚ ਸਾਹਿਬ ਹਾਂ ਬਿਲਕੁਲ ਸਹੀ ਗੱਲ ਸੱਤ ਤੇ ਇੱਕ ਵਰਿੰਦਰ ਨੇ ਗੱਲ ਕੀਤੀ ਹੈ ਵੀ ਲੰਬੂ ਹੋਣਾ ਨੇ
माड़े टाइम च बांह फड़ी है। अज परमात्मा ने वरिंदर नूं गड्डी दित्ती है ना, ते मेलियां ते गड्डी ते आउणा जाणा हो गया। जदों पहला ले भी लद्दू वाली वरिंदर वर्गिया ने आपां भी किसी ने भी वालीबाल नाल रिलेटड कोई भी इंसान है लंबू ते भाषेबाजी करके बड़े दूर दूर दे जिहड़े सफर तय कीते वालीबाल दे मेले बोले है गल्लां होईआं ने। पर एक गल होर है, ਇਹ ਤੇ ਗੱਲ ਵਰਿੰਦਰ ਆਉਣ ਜਾਣ ਦੀ ਸਫ਼ਰ ਦੀ ਹੈ। ਮੇਰੀ ਜ਼ਿੰਦਗੀ ਦੇ ਏਡਾ ਵੱਡਾ ਸਾਨ ਇਹਨਾਂ ਵੀਰਾਂ ਨੇ ਕੀਤਾ, ਮੈਂ ਸਾਰੀ ਉਮਰ ਵੀ ਜੇ ਜਾਵਾਂ ਤੇ ਵੀਰਾਂ ਦਾ ਕਰਜ਼ਾ ਨਹੀਂ ਲਾ ਸਕਦਾ। ਬਾਬਾ ਫਰੀਦ ਕਾਲਜ ਮੈਂ ਡਿਗਰੀ ਕਰਦਾ ਸੀ ਤੇ ਇਹ ਵੀਰਾਂ ਨੇ ਇੱਕ ਸਾਲ ਲਈ ਗੁਰਦੇਵ ਭਾਈ ਪੁੱਠੇ ਹੱਥ ਮਾਰਤੇ ਸਾਰੀ ਮੈਨੇਜਮੈਂਟ ਨੇ ਵੀ ਤੇਰੇ ਤੋਂ ਜੋ ਹੁੰਦਾ ਤੂੰ ਕਰ ਲਾ, ਅਸੀਂ ਤੈਨੂੰ ਪੇਪਰਾਂ 'ਚ ਨਹੀਂ ਬਹਿਣ ਦੇਣਾ। ਮੈਂ ਲੰਬੂ ਬਾਈ ਕੋਲ ਗਿਆ, ਮਾਸ਼ੇ ਬਾਈ ਨੂੰ ਆਖਿਆ ਵੀ ਮੈਨੂੰ ਤਾਂ ਤੜ ਪਾ ਤਾਂ ਜੋ ਕਿ ਕਹਿੰਦੇ ਤੂੰ ਫਿਕਰ ਨਾ ਕਰ ਤੇਰੇ ਨਾਲ ਖੜੇ ਹੈ। ਔਰ ਵੀਰਾਂ ਨੇ ਜਿਹੜਾ ਰੋਲ ਨੰਬਰ ਵੀ ਦਵਾਇਆ, ਪੇਪਰ ਵੀ ਦਵਾਏ, ਫੀਸਾਂ ਤੱਕ ਮੇਰੀਆਂ ਭਰੀਆਂ। ਇੱਕ ਵਾਰ ਤਾੜੀ ਲੰਬੂ ਦੇ ਮਾਸ਼ੇ ਬਾਈ ਦੇ ਨਾਂ ਤੇ ਮਾਰ ਦਈਏ, ਏਦਾਂ ਦੇ ਇਨਸਾਨ ਕੋਈ ਵਿਰਲਾ ਤਾਵਾਂ ਹੁੰਦਾ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਇਹ ਵੀਰ ਮੈਨੂੰ ਜ਼ਿੰਦਗੀ ਚ ਮਿਲੇ ਹੈ, ਮੇਰੀਆਂ ਫੀਸਾਂ ਤੱਕ ਭਰਦੇ ਰਹੇ ਹੈ। ਇਹ ਵੱਡੇ ਭਰਾ ਸਾਡੇ, ਮੈਂ ਕਦੇ ਕਰਜ਼ਾ ਨਹੀਂ ਲਾ ਸਕਦਾ। ਇਹ ਵੱਡਿਆਂ ਵੀਰਾਂ ਦਾ ਹਮੇਸ਼ਾ ਨਾਲ ਖੜਾਂਗੇ ਜਿੰਨੇ ਜੋਗੇ ਵੀ ਹੈਗੇ ਹੈ। ਅੱਧੀ ਆਵਾਜ਼ ਮਾਰਦੇ ਵੀਰ ਤੇ ਕਹਿੰਦੇ ਫਿਰ ਆਉਣਾ ਜਾਣਾ ਪੈਂਦਾ, ਵੱਡੇ ਚਰਚੇ ਆ ਅੱਜ ਛੱਤੇ ਆਉਣਾ ਪੈਂਦਾ, ਰੌਣਕਾਂ ਲੱਗੀਆਂ ਨੇ ਤੇ ਭੁਲਾਟੇ ਵਾਲਾ ਕੱਪ ਵੀ ਲੈ ਮਾਸ਼ੇ ਬਈ ਭੱਜਿਆ ਹੁੰਦਾ, ਰੌਣਕਾਂ ਉੱਥੇ ਵੀ ਵੱਡੀਆਂ ਹੋਣੀਆਂ। ਮਨਵੀਰ ਵਰਗੇ ਭਰਾ ਬੈਠੇ ਆ, ਔਰ ਕਹਿੰਦੇ ਜਸਕੀਰਤ ਵਰਗੇ ਵੀਰ ਆ ਤੇ ਕਹਿੰਦੇ ਵੱਡੇ ਯੋਗਦਾਨ ਜਸਕੀਰਤ ਸਾਡੇ ਵੀਰਾਂ ਦੇ ਵੱਲੋਂ ਜਿਹੜੇ ਆਇਆ ਨਾਲ ਜਸੜ ਸਾਹਿਬ ਨੇ ਦੂਜਾ ਨਾਮ ਕਹਿੰਦੇ ਸਪੌਂਸਰ ਕੀਤਾ। ਸਾਰੇ ਦਾਨੀ ਸੱਜਣਾਂ ਦਾ ਮੈਂ ਧੰਨਵਾਦ ਕਰਦਾ ਵੀ ਗੱਲ ਸੱਚੀ ਸੱਚਿਆਂ ਦੀ ਆਹ ਦੱਬ ਕੇ ਵਾਹੀਏ, ਰੱਜ ਕੇ ਖਾਈਏ, ਥੋੜਾ ਖਾ ਪੀ ਖਿਰਚ ਲਈਏ, ਬਾਕੀ ਦਾਨ ਪੁੰਨ ਤੇ ਲਾਈਏ, ਤੇ ਸ਼ੁਕਰੇ ਨਾ ਹੋਈਏ, ਕਿਸੇ ਦੀ ਯਾਰ ਮਾਰ ਨਾ ਕਰੀਏ, ਰੋਟੀ ਹੱਥ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ ਕਰੀਏ। ਨਾਲ ਇੰਨਾ ਫਿਰ ਚੇਂਜ ਹੋ ਗਈ ਸਰਵਿਸ ਕੇ ਨੰਬਰ ਵੱਧ ਗਿਆ, ਅੱਠ ਹੋ ਗਏ ਤੇ ਇੱਧਰ ਸਵਾ ਲੱਖ ਹੈ, ਅੱਠ ਤੇ ਇੱਕ ਅੱਠ ਨੰਬਰ ਰਾਮਕੋਟ ਦੇ ਜਨੇਤਪੁਰੀਆ ਕੋਸ਼ਿਸ਼ ਤੇ ਕਰਦਾ, ਪਰ ਵਿਆਹਣ ਦੇ ਪ੍ਰਦੀਪ ਦਾ ਤਜਰਬਾ ਬਹੁਤ ਵੱਡਾ ਬਣ ਗਿਆ। ਨਿੱਕੀ ਉਮਰੇ ਕਹਿੰਦੇ ਵੱਡੀਆਂ ਪਲਾਂਘਾਂ ਪੱਟੀਆਂ ਨੇ ਵੀ ਚੀਰ ਦਿੰਦੇ ਆ ਪਹਾੜ, ਹੁੰਦਾ ਜਿੰਨਾ ਚ ਜਨੂਨ ਰਹਿ ਕੇ ਮੰਜ਼ਿਲਾਂ ਤੋਂ ਦੂਰ, ਕਿੱਥੇ ਮਿਲਦਾ ਸਕੂਨ, ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ, ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ, ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਉਹ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ। ਹਵਾਵਾਂ ਬਹੁਤ ਠੰਡੀਆਂ ਨੇ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਤੇ ਮੈਨੂੰ ਲੱਗਦਾ ਜੌਂਤੀ ਤੇ ਨਵਾਬ ਵੱਡਾ ਰੋਡ ਚੜ੍ਹ ਗਿਆ। ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਮੈਨੂੰ ਲੱਗਦਾ ਜੌਂਤੀ ਤੇ ਨਵਾਬ ਦੀ ਜੋੜੀ ਵੱਡੇ ਰੋਡ ਤੇ ਚੜ੍ਹ ਗਈ ਹੋਣੀ ਹੈ। ਔਰ ਅੱਜ ਜੌਂਤੀ ਯਾਦ ਹੀ ਰੱਖੂਗਾ ਵੀ ਛੱਤਿਆਂ ਵਾਲੇ ਜੱਜਮੈਂਟ ਬਹੁਤ ਕਰਦੇ ਆ। ਉਹ ਕਹਿੰਦਾ ਅਲਵਾਲ ਮਤਲਬ ਕਹਿੰਦਾ ਨਾ ਨਾ ਇੰਨਾ ਹੈ, ਉਹ ਕਹਿੰਦਾ ਕੋਈ ਨੀ ਫਿਰ ਚੱਕੀ ਜਾਂਦਾ। ਔਰ ਸਾਹਮਣੇ ਗੱਲਾਂ ਹੋਈਆਂ ਤਾਂਹੀਓ ਤੇ ਹੁਣ ਨਾਮ ਮੰਡਣੇ ਪੈਣੇ ਆ ਮਾਸ਼ੇ ਬਈ, ਗੱਲਾਂ ਲੱਗਣੀਆਂ ਟਿਕਾਣੇ, ਜੇ ਉਹਦੀਆਂ ਗੱਲਾਂ ਮੰਨੀਆਂ ਹੁੰਦੀਆਂ ਨੇੜੇ ਤੇੜੇ ਲੱਗ ਜਾਣਾ ਸੀਗਾ। ਕੀਤੀ ਮਨ ਦੀ ਮਰਜ਼ੀ ਆ ਵੀ ਉਹਨੇ ਹੱਥੀ ਫੜ ਕੇ ਤੱਕੜੀ ਮਨ ਦੀ ਮਰਜ਼ੀ ਕੀਤੀ ਆ, ਆਹ ਕੰਡਿਆਂ ਦੇ ਨਾਲ ਤੋਲ ਗਿਆ, ਫੁੱਲਾਂ ਨਾਲ ਤੋਲਣ ਵਾਲਾ ਜੋ ਖੌਰੇ ਕਿਹੜੀ ਗੱਲ ਔਣਖ ਨੂੰ ਅੰਦਰੋਂ ਅੰਦਰੀ ਖਾ ਜੀ, ਬਹੁਤਾ ਬੋਲਣ ਵਾਲਾ ਜੋ ਸਾਡਾ ਬਹੁਤਾ ਬੋਲਣ ਵਾਲਾ ਜੋ ਸਾਡਾ ਚੇਂਜ ਹੈ। ਮੁੰਡੇ ਰਾਮਕੋਟ ਵਾਲੇ ਕੋਈ ਨਿਆਂ ਨਹੀਂ ਦੇ ਰਹੇ, ਹਰ ਰਾਜਪੁਰ ਦੇ ਉਸਤਾਦ ਜੀ ਉੱਠਣਾ ਪੈਣਾ, ਤੀ ਪਰਲੇ ਪਾਸੇ ਹੋ ਗਈ ਹੈ, ਨੌ ਨੰਬਰ ਹੈ ਰਾਮਕੋਟ ਦੇ। ਤੇ ਉੱਧਰ ਓਨੇ ਹੀ ਜਿੱਥੋਂ ਤੁਰਦੀ ਹੈ ਗੱਲਬਾਤ, ਜਿੱਥੋਂ ਸ਼ੁਰੂਆਤ ਹੁੰਦੀ ਹੈ। ਸੁਰੇਸ਼ ਤਿਆਰ ਬਰ ਤਿਆਰ, ਬਹੁਤ ਵਧੀਆ ਮੈਚ ਅੱਜ ਖੇਡੇ ਗਏ ਹੈ, ਥੋੜਾ ਜਿਹਾ ਟੀਮਾਂ ਕਿਤੇ ਸਾਥ ਦਿੰਦੀਆਂ ਜੇ ਸਮੇਂ ਤੇ ਆਉਂਦੇ ਖਿਡਾਰੀ, ਮੇਲਾ ਥੋੜਾ ਸਮੇਂ ਤੇ ਨਿਬੜ ਜਾਂਦਾ, ਗੱਲ ਫਿਰ ਹੋਰ ਟਿਕਾਣੇ ਲੱਗਣੀ ਸੀਗੀ। ਮੈਂ ਬੇਨਤੀ ਫਿਰ ਕਰਦਾ ਟੀਮਾਂ ਨੂੰ
ਵੀ ਜਦੋਂ ਇਦਾਂ ਦੇ ਵੀਰ ਟੂਰਨਾਮੈਂਟ ਕਰਾਉਂਦੇ ਜਿਹੜੀਆਂ ਕਮੇਟੀਆਂ ਆਪਾਂ ਕਹਿ ਲਈਏ ਵੀ ਥੋੜਾ ਨਰਮ ਸੁਭਾਅ ਲੈ ਕੇ ਚੱਲਦੀਆਂ ਨਾ ਉਹ ਕਮੇਟੀਆਂ ਨੂੰ ਬਰਿੰਦਰਾ ਖਮਿਆਜਾ ਭੁਗਤਣਾ ਪੈਂਦਾ ਜਦੋਂ ਸਖਤੀ ਨਾਲ ਚੱਲਾਂਗੇ ਥੋੜਾ ਫੇਰ ਹੀ ਟੀਮ ਵਾਲੇ ਸਾਥ ਦਿੰਦੇ ਆ ਕਿਉਂਕਿ ਵੱਡੇ ਭਰਾ ਨੇ ਸਾਡੇ ਥੋੜਾ ਨਰਮ ਲਹਿਜੇ ਨਾਲ ਚੱਲਦੇ ਆ ਜਦੋਂ ਵੀ ਮੇਲਾ ਕਰਾਉਂਦੇ ਆ ਤੇ ਟੀਮ ਵਾਲੇ ਚੱਕਦੇ ਆ ਨਜਾਇਜ਼ ਫਾਇਦੇ ਇਹ ਬੇਨਤੀ ਹੈ ਮੇਰੀ ਗੱਲਾਂ ਕੋਈ ਬਹੁਤੀਆਂ ਚੰਗੀਆਂ ਨਹੀਂ ਸਾਥ ਦਿਆ ਕਰੋ ਇੱਦਾਂ ਦੇ ਵੀਰਾਂ ਦਾ ਬੜੇ ਵਧੀਆ ਪ੍ਰਬੰਧ ਹੈ ਦੇਖੋ ਪਿੰਡ ਦੀ ਕੋਈ ਏਡੀ ਵੱਡੀ ਟੀਮ ਹੀ ਨਹੀਂ ਵਾਲੀਬਾਲ ਦੇ ਕੋਈ ਸ਼ੌਕ ਨਾਲ ਖੇਡੇ ਆ ਮੁੰਡੇ ਫਿਰ ਵੀ ਇੱਦਾਂ ਵਧੀਆ ਟੂਰਨਾਮੈਂਟ ਕਰਾਇਆ ਇਹ ਤੁਹਾਡੇ ਕਰਕੇ ਇਨਾਮ ਰੱਖੇ ਜਾਂਦੇ ਆ ਸਾਥ ਦਿਆ ਕਰੀਏ ਬੇਨਤੀ ਹੈ ਸੁਰੇਸ਼ ਸਰਵਿਸ ਕਰ ਗਿਆ ਗਗਨ ਕਰ ਗੱਲ ਯਾਰਾਂ ਸਾਈਡਾਂ ਜਿਹੜੀਆਂ ਉਹ ਚੇਂਜ ਹੋ ਗਈਆਂ ਨੇ ਲਾਓ ਸਾਈਡਾਂ ਜਿਹੜੀਆਂ ਚੇਂਜ ਹੋ ਗਈਆਂ ਹੈ ਇੱਕ ਇਸ਼ਾਰਾ ਇੱਕ ਸੰਕੇਤ ਜਿਹੜਾ ਦੇ ਦਿੱਤਾ ਹੈ ਵੀ ਰਾਮਕੋਟ ਦੀ ਟੀਮ ਜਿਹੜੀ ਅੱਗੇ ਚੱਲ ਰਹੀ ਹੈ ਤੇ ਮੁੰਡਿਆਂ ਨੇ ਸਾਈਡਾਂ ਜਿਹੜੀਆਂ ਚੇਂਜ ਕਰਵਾਤੀਆਂ ਹੈ ਪਰ ਇੱਧਰਲੇ ਪਾਸੇ ਮੈਨੂੰ ਲੱਗਦਾ ਵੀ ਵਾਪਸੀ ਕਰਨਗੇ ਜ਼ਰੂਰ ਵੀ ਹਾਲੇ ਤੇ ਖੰਭ ਖਿਲਾਰੇ ਨੇ ਜਦੋਂ ਉੱਡਾਂਗੇ ਤੂੰ ਸਾਡੀ ਉਡਾਣ ਦੇਖੀ ਸਾਡੀ ਖਮੋਸ਼ੀ ਨੂੰ ਸਾਡੀ ਕਮਜ਼ੋਰੀ ਨਾ ਸਮਝੀ ਪਿੱਛੇ ਖਮੋਸ਼ੀ ਦੇ ਆਇਆ ਤੂਫਾਨ ਦੇਖੀ ਆਪ ਮੁੰਡਿਆਂ ਦੀ ਗੇਮ ਕਦੋਂ ਵੀ ਪਾਸਾ ਪਲਟ ਸਕਦੀ ਹੈ ਲਾਸਟ ਪੁਆਇੰਟਾਂ ਦੇ ਵੀ ਜਿੰਮੀ ਅਰਗੇ ਕਹਿੰਦੇ ਆ ਵੀ ਪਾਸਾ ਪਲਟ ਦੇਣਗੇ ਐਡੀ ਕੋਈ ਗੱਲ ਨਹੀਂ ਹਜੇ ਸਾਰਿਆਂ ਦੇ ਹੱਲ ਹੈਗੇ ਆ ਹਲੇ ਬਹੁਤ ਮੈਚ ਬਾਕੀ ਪਿਆ ਇਉਂ ਨਹੀਂ ਦਿਉਣ ਵਾਲੇ ਫਸਟ ਪ੍ਰਾਈਜ਼ ਜਿੱਤਣ ਦਿੰਦੇ ਇਉਂ ਨਹੀਂ 11,000 ਦਿੰਦੇ ਬਹੁਤ ਸਾਹਮਣੇ ਜਨੀਤਪੁਰ ਵਾਲਾ ਸਾਈਡ ਤੇ ਹੋ ਕੇ ਖੜ ਗਿਆ ਕਮਲ ਸੈਂਟਰ ਚ ਆ ਗਿਆ ਇੱਧਰ ਰਾਮਕੋਟ ਵਾਲਾ ਲੋਕ ਵਹਿੰਦੇ ਆ ਵੀ ਲੰਮੇ ਲੰਮੇ ਵਾਲਾਂ ਵਾਲਾ ਮੁੰਡੇ ਦਾ ਐਕਸ਼ਨ ਵੱਖਰਾ ਆਹ ਸੁਰੇਸ਼ ਗਲਤੀ ਕਰ ਗਿਆ ਨੰਬਰ ਲੱਗਦਾ ਵੀ ਜਿਹੜਾ ਦੂਜਾ ਜੁੜ ਗਿਆ ਦੋ ਹੋ ਗਏ ਦੋ ਹੋ ਗਿਆ ਦੋ ਤੇ ਨੌ ਦੀ ਟੱਕਰ ਫਰਕ ਬੇਸ਼ੱਕ ਵੱਡਾ ਪਰ ਵਾਲੀਵਾਲ ਦਾ ਕੰਮ ਵੀ ਬਾਸਮਤੀ ਦੇ ਰੇਟ ਅਰ ਗਈ ਹੈ ਇਹਦਾ ਪਤਾ ਨਹੀਂ ਕਿੱਥੋਂ ਤਖਤਾ ਪਲਟ ਜਾਣਾ ਹੈ ਐਤਕੀ ਪੁੱਠੀਆਂ ਸਿੱਧੀਆਂ ਛਾਲਾਂ ਮਾਰਦੇ ਫਿਰਦੇ ਆ ਜਿਹਨਾਂ ਨੇ ਬਾਸਮਤੀ ਦਾ ਐਤਕੀ ਰਿਸਕ ਚੱਕਿਆ ਨਾ ਉਹ ਸਫਲ ਹੋ ਗਿਆ ਤੇ ਜਿਨ੍ਹਾਂ ਨੇ ਲਾਇਆ 26 ਉਹ ਵੀ ਕਹਿੰਦੇ ਬਾਗੋ ਬਾਗ ਹੈ ਗੱਲਾਂ ਵੱਡੀਆਂ ਨੇ ਵੱਖੋ ਵੱਖ ਏਰੀਏ ਤੇ ਵੱਖੋ ਵੱਖ ਕਿਸਮਾਂ ਕਹਿੰਦੇ ਬਦਲ ਜਾਂਦੀਆਂ ਵੀ ਮਿਲ ਜਾਵੇ ਯੰਕੀਆਂ ਨੂੰ ਜੀਨ ਸਿਰੇ ਦੀ ਮਿਲ ਜਾਵੇ ਜੱਟ ਨੂੰ ਜ਼ਮੀਨ ਸਿਰੇ ਦੀ ਲੱਗ ਜੇ ਪੰਜਾਬੀ ਦਾ ਦੇ ਵੀਜ਼ਾ ਬਾਹਰ ਦਾ ਫੇਰ ਬੰਦਾ ਪੰਜਿਆਂ ਤੇ ਛਾਲਾ ਮਾਰਦਾ ਉਹ ਫੇਰ ਬੰਦਾ ਪੰਜਿਆਂ ਤੇ ਛਾਲਾ ਮਾਰਦਾ ਪਰ ਅੱਜ ਕੌਣ ਜਿੱਤ ਗਏ ਕਰਾਉਂਦਾ ਬੱਲੇ ਬੱਲੇ ਕਿਹਨੇ ਪਹਿਲੇ ਨੰਬਰ ਨਾਲ ਫੋਟੋਆਂ ਪਾਉਣੀਆਂ ਹੈ ਕਿਹਨੂੰ ਦੂਜੇ ਨਾਮ ਤੇ ਸੰਤੁਸ਼ਟ ਰਹਿਣਾ ਪੈਣਾ ਹੈ ਇਹ ਤੇ ਕਹਿੰਦੇ ਇੰਤਜ਼ਾਰ ਉਹ ਕਿਸੇ ਬੱਲੇ 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 ਵਾਹ 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 ਹੋ ਗਈ ਹੈ ਬਾਲ ਪੱਟੀ ਤੋਂ ਮੁੜ ਗਈ ਹੈ ਜਨੀਤਪੁਰ ਵਾਲਿਆ ਸੌਦੇ ਕਿਸਮਤ ਦੇ ਤਕਦੀਰਾਂ ਦੇ ਆ ਜ਼ੋਰ ਲੱਗਾ ਪਿਆ ਆਓ ਜ਼ੋਰ ਲੱਗਣਾ ਵੀ ਚਾਹੀਦਾ ਮੇਰੇ ਸਾਜਨ ਵੀਰ ਹੈ ਸਾਡਾ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਪਿੱਛੇ ਜਿਹੜੇ ਤਿੰਨ ਅੱਖਰ ਲੱਗਦੇ ਨਾ ਐਨ ਆਰ ਆਈ ਰੌਲਾ ਸਾਰਾ ਉਸੇ ਦੇ ਆ ਬੈਠਾ ਬੈਠੇ ਜਾ ਕੇ ਕਨੇਡਾ ਦੇ ਤੇ ਗੱਲਾਂ ਬਾਤਾਂ ਜਿਹੜੀਆਂ ਟਿਕਾਣੇ ਲੱਗੀਆਂ ਹੈ ਇੱਕ ਵੱਡੀ ਘਾਲਣਾ ਘਾਲੀ ਹੈ ਔਰ ਕਈ ਬੋਰੀਆਂ ਬਣ ਜਾਂਦੀਆਂ ਹੈ ਘਰ ਛੱਡਣੇ ਪੈਂਦੇ ਹੈ ਫੇਰ ਜਾ ਕੇ ਵੀਰ ਕਹਿੰਦੇ ਮਜ਼ਬੂਰੀਆਂ ਤੋਂ ਉੱਪਰ ਉੱਠ ਕੇ ਜਿਹੜਾ ਕਹਿੰਦੇ ਮਿਹਨਤ ਕਰਦੇ ਹੈ ਤੇ ਹੌਲੀ ਹੌਲੀ ਵਾਹਿਗੁਰੂ ਰੰਗ ਭਾਗ ਲਾਵੇ ਇਹਨਾਂ ਵੀਰਾਂ ਨੂੰ ਤੇ ਫੇਰ ਤਰੱਕੀਆਂ ਕਰਨ ਭਰਾ ਸੱਦੇ ਗੱਲਾਂ ਬਾਤਾਂ ਫੇਰ ਟਿਕਾਣੇ ਲੱਗਣਗੀਆਂ ਜ਼ਿੰਦਗੀ ਦਾ ਮਾਣਕ ਵੀਰ ਹੈ ਦੋਦੇ ਪਿੰਡ ਦਾ ਸਾਜਨ ਵੀ ਕਹਿੰਦੇ ਕਨੇਡਾ ਦੇ ਚਲਾ ਗਿਆ ਹੈ ਨਾਲ ਮਿੱਤਰ ਮੰਡਲੀ ਹੈ ਵੀਰ ਸੰਡੇ ਵੀ ਤੇ ਇਹਨਾਂ ਮੈਚਾਂ ਨਾਲ ਲਾਈਵ ਜੁੜੇ ਹੈ ਬੜਾ ਧੰਨਵਾਦ ਕਰਦੇ ਹੈ ਮੁਬਾਰਕਾਂ ਯਾਰਾ ਤੂੰ ਵੀ ਕਨੇਡਾ ਵਾਲਾ ਹੋ ਗਿਆ ਹੈ ਐਨ ਗੱਲਾਂ ਬਾਤਾਂ ਹੈ ਵੀ ਜਿਹੜੀ ਗੱਡੀ ਦੇ ਬਹੁਤ ਬੱਲੇ 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 ਮੱਖਣ ਹੈ ਮੱਖਣ ਮੁੰਡਾ ਛੋਟੀ ਉਮਰ ਹੈ ਵੀ ਮਾਣ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ ਲੋਕੀ ਕੱਬਿਆਂ ਤੋਂ ਕੱਬੇ ਪਏ ਆ ਕਈਆਂ ਨੂੰ ਪਤਾ ਨਹੀਂ ਪੈਸਾ ਕਿੰਨਾ ਸਾਡੇ ਕੋਲ ਤੇ ਕਈ ਕਰਜ਼ੇ ਜੀ ਦੱਬੇ ਪਏ ਆ ਠੀਕਰਾਂ ਵਜਾ ਕੇ ਕਈ ਗਾਉਂਦੇ ਆ ਸੁਰੀਲਾ ਤੇ ਕਈ ਮਾਰ ਕੇ ਟਪੂਸੀ ਆਏ ਅੱਗੇ ਪਏ ਆ ਤੇਰਾ ਸ਼ੇਰ ਵਾਲਾ ਮੱਤ ਲਿਖੇ ਥੋੜਾ ਬਾਲਾ ਸੱਤ ਉਂਝ ਜੱਗ ਤੇ ਲਖਾਰੀ ਵੱਡੇ ਵੱਡੇ ਪਏ ਆ ਮਾਣ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ ਲੋਕੀ ਕੱਬਿਆਂ ਤੋਂ ਕੱਬੇ ਪਏ ਆ ਕਈਆਂ ਨੂੰ ਰੱਬ ਭੇਜਦਾ ਕਰੋਪੀ ਨਾ ਜਹਾਨ ਉੱਤੇ ਕਈ ਮਿੱਤਰੋ ਹੁਸਣ ਨਾਲ ਲੱਦੇ ਪਏ ਆ ਬਾਕੀ ਕਹਿੰਦੇ ਚਰਚੇ ਆ ਕਿਤੇ ਨਾ ਕਿਤੇ ਆਹ ਸਾਹਮਣੇ ਬਚ 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 ਬਰਿੰਦਰਾ ਚਾਂਗਲੀ ਵਾਲਾ ਇੱਕ ਪਾਸੇ ਟੀਮ ਐਂਟਰ ਕਰਾ ਦਿੰਦਾ ਦੂਜੇ ਪਾਸੇ ਕੈਮਰੇ ਫੋਕਸ ਕਰ ਲੈਂਦਾ ਚਾਂਗਲੀ ਵਾਲਾ ਵੀ
मेरे मित्रों गल्ला लाउंदा टिकाणे इत्थे जित्ती बैठा और सबने फिर कहे अगली सर्विस कर दित्ती है कि उधर ने टीवी 30 वालिया यूट्यूब ते कैमरे फोकस है सोने वीरा इधर शेरे पंजाब फेडरेशन कच्ची लाइव ने कहे बड़िया गल्ला बातां ने अज कहते हर रायपुर वाले ने वरिंदरा स्टार आपू देते हैं सामने सैमी के मखण अर गया ने पूरे 75 स्टार देते वरिंदर टेबल के नेड़े कर दिता बस सामने सर्विस फेर गभरू ने कहते अपनी टीम रली जी कर दिखती है एक मासना दूदिया हिका और दौड़िया के जाना बिच मदाने टक्कर लेंदे भिड़दे वागर साना जब लगता तगड़ा मैच कोई फिर लोकी रौला पा देंदे कई हिंद पाक दी जंग वर्गा और धरमिया मैच दिखा देंदे कई हिंद पाक दी जंग वर्गा और धरमिया मैच दिखा देंदे वाह खबिया एंड कमाल करती है लैवी प्रिंस पाल बैठा हुआ किन्ने पॉइंट हो गए वीर जी चेंज है दस तीन ने इन्नी है ना दस ते तीन सत्त पॉइंटा की लीड बना ली है जिन्ने पॉइंटा की लीड है उन्ना ही नंबर बाकी चाहिए वह बल्ले 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 वाह इतने रख नहीं उड़ीसा सर्वस फेर चेंज है हल्की हल्की ताली वजदी है इन्हें खिलाड़ियों हौसला दिता जा रहा है कोई ठंड मना रहा है ते कोई मेरे मित्र हैं लाला लाला कराई होगा स्टार की नींद से कितने चले गए तो नहीं नेड़े होगी ठंड हाँ सामने गल्ला बढ़िया ने इधर फेर कहते सर्विस कर देती है हर रायपुर का कहते ताऊ ट्राई करता है मैनू लगता गलती फेर हो गई है हर रायपुर का ताऊ लंबूदिया के तुरकी जाऊ मैं चल सकता एक गड्डी जी नहीं जाता मोटरसाइकिल रखना सी जे हर रायपुर वाले इथों जितदे आ मोटरसाइकिल इन्हां दे देंगे ले भी एक ताली जरूर मार दे रवीर दे लई हर रायपुर की टीम इतों मैच जितनी है लंबू कहना पिंड वाला जोड़ा बेस्ट वाला मोटरसाइकिल है ना वो आप खाते पा देंगे पर जितना हूं इन्होंने वासा है पर चाबी ज्यों प्रदीप को इन्हें चाबियां सौखिया नहीं फड़ाउनिया ये गल मननी पैनी है आ चाबी रामकोट वालों को बइयेवाल वाला भी गेड़े से गेड़ा देगा गेड़ा आओ सामने मेरे मित्रों खेड के मैदान में आओ जंती जी आओ देखो सामने नवाब पता नहीं कितने है गल्लां वड्डियां ने जो त्रेलां पैंदियां ना त्रेल पैन लग जाती है नवाब सिर ते रुमाल बन लैंदा वड्डियां वालों का फिक्र है आओ मुंडा दलेरपुरिया ज्यौण वाला प्रदीप बंगी वाला गोपी इशारे कर गया बारह तीन तेरह हो गए अंकल जी थोड़ी जी बाल आउट रखी है तेरह हो गए मैच फाइनल है वन साइड कर दिता रामकोट की टीम ने कितने रामे के चर्चे रामकोट वाला कहते फिर सुरेश प्यार वर प्यारा मुंडा मैं पहली बारी टूटाले गुरजीत के पिंड खेड़ता वेख्या वालीबाल का वड्डा मेला कराया रामकोट का सुरेश उत्थे भी बहुत तगड़ा खेडिया मुंडा पिंड की टीम लिए खेडे उठे ते धांतर कराई है उस बाद चर्चा वा कहते विशा बन गया ते गल्लां लगियां ने टिकाणे अज कल कहते वड्डी गलबात होंदी है रामगढ़ की टीम का नाम भी वड्डियां टीमां जाओ ताऊ 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 इत्थे रख हुण लै गया नंबर ताऊ हुण गड्डी दी जाऊ ये आ मुंडा कहते हर रायपुर वाला एक दो नंबर ताऊ जी हो जोड़े ते सवार मित्रा फेर आउणा है गलबात फेर बढ़नी है फर्क बहुत वड्डा पै गया लीड रामकोट वाले ने बनाई है सुरेश तां बाल ते बह बह आउंदा आओ सामने उहदा वस किले ने पाड़ के परले पासे लंघ रहे
हां मुंडा फिट जो शरीर रहा है यार ताड़ी ना मार दे करी शरीर दे ना पे आओ बंद में आर्मी बनिया फिर रहा है कल्ला ही सफलता वाले वादे करी तो रहा होगा अगली सर्व शेर करती है तेरा के तीन दिन टक्कर है प्याउड़ वाला केवे प्रदीप नंबर प्रदीप ने पटाका पादा देने वाले ने नंबर 14 वाले ने जोड़ दिता है रामकोट देवरे लीड जड़ गई काफी फाइनल मैच जी हां सपने रातां ढल गई ने नवे सवेरे चढ़ गया दी चिट्टे चानण दा दुध डुलिया मटकी भज्जी हनेरे दी छड रातां दीयां हकायतां नूं कोई गल कर नवे सवेरे दी आओ छड रातां दीयां हकायतां नूं कोई गल कर नवे सवेरे दी 14 दे 3 फर्क बहुत वड्डे पैगे आ उठो ताउ नंबर 15 हो गए 15 ही है जी उधर 3 ने 15 ते तीन की टक्कर है 15 ते 3 दो पॉइंट जेड़े हाँ जी सही गल पहली बारी अज लिए पिंदरी खेडे सी जोटी ने टूटा दे मेले दे जोटी नु अज भी याद है मैं भी खेडा सी मैं याद ही नहीं जेड़ा यार ते जंगली वाला भी खेडे सी इहदी आस फिर जी एक गल है और दा पता नहीं ਜਿਹੜੀ ਟੀਮ ਨਾਲ ਜਾਂਗਲੀ ਵਾਲਾ ਵਰਿੰਦਰ ਮੈਚ ਲਾਉਂਦਾ ਲਾਊ ਪੀ ਐਸ ਹੈ ਇਹ ਗੱਲ ਬਿਲਕੁਲ ਮੰਨਣ ਚ ਪੈਂਦੀ ਹੈ ਲੋਕੀ ਯਾਦ ਕਰਦੇ ਵੀ ਜਾਂਗਲੀ ਵਾਲੇ ਵਰਿੰਦਰ ਨਾਲ ਮੈਚ ਲੱਗਿਆ ਸੀਗਾ ਨਾ ਤੇ ਸੌਖੀ ਜਾਨ ਛੱਡਦਾ ਨਾ ਜਿੱਤਦਾ ਨਾ ਜਿੱਤਣ ਜੋਗਾ ਛੱਡਦਾ ਕਿਸੇ ਨੂੰ ਬਾਰੇ ਕੇ ਵਾਲੇ ਸੋਚੀ ਜਾਂਦੇ ਹੋਣੇ ਆ ਵੀ ਪੇਚਾ ਪੁੱਠਾ ਹੀ ਪੈ ਗਿਆ ਹੋਰ ਕਿਸੇ ਮਰਜ਼ੀ ਦਾ ਮੈਚ ਆ ਜਾਂਦਾ ਉਹ ਕਹਿੰਦੇ ਮੈਚ ਕੱਢ ਲੈਂਦੇ ਪਰ ਜਾਂਗਲੀ ਵਾਲਾ ਵੱਡੀਆਂ ਵੱਡੀਆਂ ਟੀਮਾਂ ਦਾ पर बुटा चन्नी जान है रामकोट का सुरेश मुंडा कहते छाटवे शरीर का करदा मुकाबला कमानो छिंडे तीर का जेकर प्रदीप सिंगल हैंड स्मैश मार के नंबर जोड़े हजार बन गया बी वाह एक हजार की स्मैश होनी है ब्याउंड वाले पाउंड लाते है बराड़ साहब ने पटाका पाता ताऊ 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 हां जी गंगी जी की फैसला गोपी ठीक है जी ठीक है ताऊ ने कमाल कर दिती है हर रायपुर वाला जोर लाउंदा अपनी टीम लई हां सामने कौन जोड़दा नंबर गल देखण वाली है और सामने गल टाइम पे आके निपटनी है रामकोट दी काफी लीड है मक्खन वर्गे मुंडे कमल वर्गे जनेतपुरिया जोर लाउणा पैणा ਵੀ ਰੌਲਾ ਰੱਪਾ ਭੀੜ ਭੜਕਾ ਆਓ ਚੁੱਪ ਚੁੱਪੀ ਤੇ ਮੈਂ ਤੇ ਤੂੰ ਹੁਣ ਰੌਲਾ ਰੱਪਾ ਪੈਂਦਾ ਤੇ ਨਵੇੜਨਾ ਪੈਣਾ ਆਹ ਸਾਹਮਣੇ ਕਹਿੰਦੇ ਮੁੰਡੇ ਰਾਮਕੋਟੀਏ ਹਾਲੇ ਵੀ ਪਤਾ ਰਾਮਕੋਟ ਵਾਲਿਆਂ ਨੂੰ ਵੀ ਮੈਚ ਦੇ ਤਖਤੇ ਪਲਟਦਿਆਂ ਟਾਈਮ ਨਹੀਂ ਲੱਗਦਾ ਇੱਕ ਹੋਰ ਨੰਬਰ ਲੈ ਵੀ ਜਿੱਤ ਹਾਰ ਬਣੀ ਹੈ ਇੱਕ ਵਾਰੀ ਯਾਰ ਤਾਊ ਦੇ ਨਾਂ ਤੇ ਵੀ ਤਾੜੀ ਮਾਰ ਦਿਓ ਬਹੁਤ ਜ਼ੋਰ ਮਾਰ ਰਿਹਾ ਮੁੰਡਾ ਆਪਣੀ ਟੀਮ ਦੇ ਲਈ ਜਿੱਤਾਂ ਹਾਰਾਂ ਤੇ ਬਣੀਆਂ ਹੈ ਪਰ ਹਰ ਰਾਜਪੁਰ ਦਾ ਤਾਊ ਕਹਿੰਦੇ ਲਗਾਤਾਰ ਸੰਘਰਸ਼ ਕਰ ਰਿਹਾ ਮੁੰਡਾ ਆਪਣੀ ਟੀਮ ਦੇ ਲਈ ਲਗਾਤਾਰ ਜ਼ੋਰ ਲਾ ਰਿਹਾ ਹੈ ਆਹ ਸਾਹਮਣੇ ਖੇਡ ਦੇ ਮੈਦਾਨ ਵਿੱਚ ਨਹੀਂ ਕਰਦੇ ਬਾਈ ਕਿੰਨੇ ਪੁਆਇੰਟ ਹੋ ਗਏ ਪੁੱਛੋ ਮਨਵੀਰ 4-15 ਨੇ 4-15 ਦੀ ਟੱਕਰ ਹੈ ਫਰਕ ਤੇ ਕਾਫੀ ਹੈ ਪਰ ਪਤਾ ਕੁਝ ਨਹੀਂ ਬਾਲ ਗੋਲ ਹੈ ਇਹਦਾ ਪਤਾ ਕੁਝ ਨਹੀਂ ਹੈ ਨੈਕਸਟ ਟੂਰਨਾਮੈਂਟ ਆ ਜੀ 12 ਤਰੀਕ ਨੂੰ ਘਨੌਰੀ ਕਲਾ ਹੁਣ 3-4 ਦਿਨ ਫ੍ਰੀ ਆ ਨੈਚਰਲੀ ਵੀਰੇ 12 ਨੂੰ ਘਨੌਰੀ ਦੋ ਪਲੇਅਰ ਵਾਰੋਂ 21,000 ਪ੍ਰਾਈਜ਼ ਵੱਡਾ ਟੂਰਨਾਮੈਂਟ ਹੋਣਾ
13 ਨੂੰ ਬੱਲੂਆਣੇ ਦਾ ਵੱਡਾ ਮੇਲਾ ਆਉਣਾ ਜੀ, ਇੱਕ ਬਾਹਰੋਂ 21,000 ਪ੍ਰਾਈਜ਼, ਹੁਣ ਸਾਰੇ ਟੂਰਨਾਮੈਂਟ 21,000 ਵਾਲੇ ਆਉਣੇ ਆ ਨਾਜ਼ਰ ਬਾਈ, 21,000 25,000 31,000 ਵਾਲੇ ਮੇਲੇ ਆਉਣਗੇ ਮੂਹਰੇ ਨਵੰਬਰ ਚ, ਪੈਣਗੇ ਪਟਾਕੇ ਪੂਰੇ ਉਰੇ ਹੈਪੀ ਮੱਖਣ ਨੂੰ ਸਮਝਾਉਂਦਾ, ਇਹ ਛੋਟਾ ਕੋਚ ਹੈ, ਲੰਬੂ ਬੁਲਾਡੇ ਵਾਲੀ ਹੈਡ ਕੋਚ ਹੈ ਇਹ, ਜਾਂ ਹੈਡ ਕੋਚ ਤੋਂ ਥੋੜਾ ਛੋਟਾ ਕੋਚ ਹੈ, ਛੋਟਾ ਹੈਡ ਕੋਚ ਹੈ ਹੈਪੀ। ਹਾਂਜੀ ਹੈਪੀ ਜੀ, ਦੱਸਤਾ ਦੱਸਤਾ ਦੱਸਿਆ ਕੋਈ ਮੁੰਡਿਆਂ ਨੂੰ, ਠੀਕ ਹੈ ਵਿਹੜੇ ਹੈ ਵਿਆਹ ਤੋਂ ਬੱਤੀ, ਜਿਹੜੀ ਹੈਪੀ ਨੇ ਦੱਸੀ ਹੈ ਕੰਮ ਆਉਂਦੀ ਹੈ ਕਿ ਨਹੀਂ, ਆਈ ਐਮ ਵੈਰੀ ਹੈਪੀ ਹੈਪੀ, ਯੂ ਸ਼ੁੱਡ ਮੋਰ ਗਲੈਡ, ਵਾਈ ਆਰ ਪੀਪਲ ਬਰਨਿੰਗ ਬਰਨਿੰਗ ਸੋ ਮਚ ਵੈਰੀ ਬੈਡ, ਹੈਪੀ ਹੈ। ਦੋ ਕੁ ਪੁਆਇੰਟਾਂ ਦੀ ਖੇਡ ਬਾਕੀ ਹੈ, ਰਾਮਕੋਟੀਆ ਕਿਹੜਾ ਨੰਬਰ ਹੁਣ 16 ਜਾਂ ਜਨੇਤਪੁਰੀਆ, ਬਾਲ ਆਊਟ ਤੇ ਨੰਬਰ ਲਾਸਟ ਆ ਗਿਆ, ਲਾਸਟ ਪੁਆਇੰਟ 11,000 ਦਾ ਨੰਬਰ ਹੈ, ਕੌਣ ਜੋੜਦਾ ਨੰਬਰ ਲਾਸਟ 11,000, ਪਹਿਲਾ ਨਾਮ 7,700, ਦੂਜਾ ਨਾਮ ਦਿੱਤਾ ਜਾਣਾ, ਤੀਜੇ ਚੌਥੇ ਵਾਲੀਆਂ ਟੀਮਾਂ ਨੂੰ ਵੀ ਇਨਾਮ ਜਿਹੜੇ ਤਕਸੀਮ ਕਰ ਦਿੱਤੇ ਗਏ ਆ, ਸਾਰੀ ਪ੍ਰਬੰਧਕ ਕਮੇਟੀ ਨੂੰ ਮੁਬਾਰਕਾਂ ਨੇ, ਐਨ ਆਰ ਆਈ ਵੀਰਾਂ ਦਾ ਧੰਨਵਾਦ, ਤੇ ਜਿੰਨੇ ਭਰਾ ਸਾਡੇ ਚਾਰ ਚਫੇਰੇ ਬੈਠੇ ਆ, ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਨੇ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਇਹ ਮੇਲੇ ਤੁਹਾਡੇ ਕਰਕੇ ਵੱਡਦੇ ਆ, ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਵੀਰਾਂ ਦਾ, ਵੀ ਦੇਣ ਵਾਲਾ ਦਾਤਾ ਐਵੇਂ ਕਿਸੇ ਤੇ ਨਹੀਂ ਸੜੀ ਦਾ, ਉਹਦੀਆਂ ਦਿੱਤੀਆਂ ਦਾ ਸ਼ੁਕਰਾਨਾ। ਲਾਸਟ ਪੁਆਇੰਟ ਆ ਗਿਆ, ਲਾਸਟ ਪੁਆਇੰਟ ਆ ਗਿਆ ਜੀ, ਉਹ ਬੰਦਾ ਵੱਧਦਾ ਨਹੀਂ ਅੱਗੇ, ਵਿੱਚੋਂ ਵਿੱਚ ਧਨੇਠੇ ਟੂਰਨਾਮੈਂਟ 16 ਦਾ ਵੀਰੇ, 16 ਦਾ ਰੱਖਿਆ ਹੋਇਆ ਜੀ, 16 ਨਵੰਬਰ ਬਾਈ ਜੀ, ਪਰਵਿੰਦਰ ਚਹਿਲ ਫਾਈਨਲ ਮੈਚ, ਲਾਸਟ ਪੁਆਇੰਟ ਰਾਮਕੋਟ ਦਾ ਜੀ, ਮਿਲ ਜਾਂਦੀ ਹੈ ਤਰੱਕੀ, ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇਣੀ ਪੈਰ ਪੈਰ ਧਰਤੀ ਦੇ, ਤੇ ਗੁੱਡੀ ਫੇਰ ਹੀ ਜਿਹੜੀ ਅੰਬਰਾਂ ਤੇ ਮੇਲਦੀ ਹੈ, ਵਾਟਾਂ ਦੂਰ ਦੀਆਂ ਮੁੰਡਿਆਂ ਦੀਆਂ, ਹੁਣ ਨੰਬਰ 1 ਦੀ ਖੇਡ ਜਿਹੜੀ ਬਾਕੀ ਰਹੀ ਹੈ, ਪਰ ਹਰ ਰਾਜਪੁਰ ਵਾਲੇ ਛੇਤੀ ਕੀਤੇ ਹਾਰ ਨਹੀਂ ਮੰਨਦੇ। ਲਓ ਜੀ ਫੇਰ ਜਿਉਣ ਵਾਲੇ ਪ੍ਰਦੀਪ ਦੀ ਖੇਡ ਜੇ ਵਧੀਆ ਲੱਗੀ ਹੈ, ਉੜੀਸਾ ਬੜੇ ਟੌਪ ਟੌਪ ਦੇ ਨੰਬਰ ਮੁੰਡੇ ਨੇ, ਚੇਂਜ ਹੋਈ ਹੈ, ਚੇਂਜ ਲਾਸਟ ਪੁਆਇੰਟ, ਚੇਂਜ ਹੈ ਜੀ ਚੇਂਜ ਹੈ, ਨੰਬਰ ਲਾਸਟ ਆ ਗਿਆ, ਕੋਈ ਗੱਲ ਨੀ ਪਿੰਡਾਂ ਦਾ ਹੀ ਮੇਲਾ ਚਲੇ ਜਾਵਾਂਗੇ, ਪਰ ਸਿਆਣੇ ਕਹਿੰਦੇ ਬੇਰਾਜ ਦਰੁਸਤ ਆਏ, ਸਰਬੀ ਹੁਣੀ ਗੂੜੀ ਨੀਂਦ ਹੋਣੇ ਆ, ਫਾਈਨਲ ਖੇਡੀ ਜਾਂਦਾ, ਗੱਲ ਤੇ ਕਿਸਮਤ ਤੇ ਡਿਪੈਂਡ ਕਰਦੀ ਆ, ਸਿਫਾਰਸ਼ ਨਾ ਲੱਗਿਆ ਵਈ ਕੀ ਪੁਰਾਣਾ ਟੈਮ ਬੰਦ ਜਿਹੜਾ ਭੱਜਿਆ, ਤੇ ਪੈਸੇ ਦਾ ਵੀ ਕੀ ਆਰੋ ਕਰਨਾ, ਧੰਨਵਾਦ ਜੀ ਰਾਧੀ ਬਰਾੜ ਜੀ, ਸਟਾਰ ਭੇਜਿਆ ਬਹੁਤ ਧੰਨਵਾਦ ਬਾਈ ਰਾਧੀ ਬਰਾੜ ਬਾਈ ਜੀ, ਮਾਰ ਪਾਲਛਾ ਕਹਿੰਦੇ ਨੀ ਤਰੱਕੀ ਉਸ ਚੀਜ਼ ਨੂੰ, ਆਹ ਕੀਤੀ ਜੋ ਤਰੱਕੀ, ਮਾਰ ਪਾਲਛਾ ਕਹਿੰਦੇ ਨੀ ਤਰੱਕੀ ਉਸ ਚੀਜ਼ ਨੂੰ, ਕਿਤੇ ਸਾਈ ਵਾਲੇ ਦੇ ਜਿਹੜੇ ਸੰਧੂ ਦੇ ਚਰਚੇ ਹੋਏ ਆ, ਬਾਲ ਫੇਰ ਆਉਂਦਾ ਨਹੀਂ ਰਾਮਗੋਟਾ ਲਿਆ, ਐਤਕੀ ਲਾਏਗਾ ਨੰਬਰ ਕਿ ਨਹੀਂ ਮੈਨੂੰ ਦੱਸ, ਮੈਂ ਫੇਰ ਹੀ ਕਹਾਂ ਵੀ ਨੰਬਰ ਲਾਸਟ ਹੈ, ਲਾਸਟ ਪੁਆਇੰਟ ਹੈ ਗੇਮ ਪੁਆਇੰਟ ਰਾਮਕੋਟ ਦੀ ਟੀਮ ਦਾ, ਉਧਰ ਜਨੇਤਪੁਰੀਆ ਫੇਰ ਆ ਗਿਆ ਸੈਂਟਰ ਚ, ਦਿਉਣ ਵਾਲਾ ਇੱਥੇ ਰੱਖ, ਫੇਰ ਚੇਂਜ ਹੈ, ਫੇਰ ਚੇਂਜ ਹੈ, ਜੇ ਇੱਕ ਦੋ ਨੰਬਰ ਲੱਗ ਗਏ ਨਾ ਤੇ ਹਵਾਵਾਂ ਦੇ ਰੁੱਖ ਹੋਰ ਚੇਂਜ ਹੋ ਜਾਣਗੇ, ਦਿਉਣ ਵਾਲਿਆ ਤਗੜਾ ਹੋ ਲਿਆ ਤਿਆਰੀ ਕਰ ਲਾ,
एक एक पॉइंट से कई बार तक्के पलट जाते हैं, क्योंकि जो सियाने कहते किस्मत माड़ी हो जाए ना ऊट से बैठे नु भी कुत्ता वढ़ जांदा, भावे उच्चिया चवारे जाके बह जाओ जे ऊट ने इरादा कर लिया। सामने कहते मेरे मित्रों कुत्ता कोठी से चढ़ देना बंदी उठी वड्डी जानी है। गल तो टाइम टाइम दिया नंबर लगता मेरे पांच के छे हो गए मनवीर, पांच हो गए, पांच ते सोलह, पांच ते सोलह ने, पांच ते गलती लिखे टी शर्ट दे पर मुंडा कहते खेड बड़ी सोहनी खेडी आ। हर रायपुर की धरती का ताऊ मेरे मित्रों नंबर छेवां होर का पता नहीं। ताऊ ने रामकोट वाले कैंपर नेड़े जरूर करते करी दो चार नंबर होर काबू लै गया ना ते सुपड़िया जाऊगा ब्याउण वालिया बुड़क बुड़क उठांगे ताऊ आ गया, वह ताऊ आ गया वेखी कि गल ना बन दे जेड़ी वोटां दे शटर वाले नीटू ना बनती हर वारी अपने नाल भी कितो ना बन जाए। लास्ट पे आके छे ते सोलह की टक्कर है, जे सतवां लग गया लगी फिर अठवां भी गल भी पक्की है, क्योंकि जेड़े घरे मोनू ना ते सोनू जरूर हुंदा है। जे सतवां लग गया लगू अठवां भी आओ सामने सत हो गए है गड्डी कहते अंत चा जानी है कौन जोड़ू अठवा लोगी पब्बा ते हो गया है। इधर लास्ट नंबर फेर गया अठवा भी लगना लगना अठ हो गया अठ हो गया अठ हो गया अठ हो गया अठ अठ ते सोलह भी टक्कर है और नौवां लग गया आप नजारे ही लेने सवाल आना चाहिए। हथ लाया बराड़ा आओ सामने अठ सोलह कुंडिया दे सिंग फस गया नंबर इधर एक देर गया उधर हौली 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 हूं मौका लई रामकोट आलिया ध्याला जरा पीर बलंबर ध्याना चांगली आला बरिंदर बाबा कहता एक चीज होर होनी है। बरिंदर ने अंदाजा लाता है होर कोई अंदाजा लाना चाहता ला सकता है क्योंकि अंदाजे का कोई मुल नहीं। हाँ जी आप होगा कोई कहना ज्योति ज्योति भी कहता आप होर दसो कि लाना अंदाजा। हाँ जी जगवीर जी की अंदाजा आप हो हूं गुरदेव भाई हां सामने नंबर लास्ट है हूं लगे तीर टिकाने हाय 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 मजे सामने फिर तेज हो गई है तो नजारा क्यों हैप्पी मरदा फिर भगती लगी होते नहीं बी वरिंदर बाबा मथे वाले सारे वाल झड़ गए वालीवाल जी ए तजर्बा बड़ा है बाद च मेरे झड़ते शराब दिता सीगा अठ हाए आओ नौवा नौवा कौन जोड़दा अपनी टीम दे लई रामकोट आ लिया आओ तैयारी कर ला मित्रा मैनू सुख नहीं लग रही आओ सामने अठ ते सोलह दुनिया पब्बा ते हो गई है मैच फाइनल है प्रिंसिपाल जी कहते हैं आओ सामने गल्ला जिहड़ी लागी है टिकाने जोगेरा मुंडा आओ मेरे मित्रों बल्ले 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 ब्याउण वाला
ਪਿਆਉਣ ਵਾਲਾ ਪ੍ਰਦੀਪ ਹੈ ਹੋਰ ਲਾਸਟ ਹੈ ਯਾਰ ਬਈ ਸੁਰੇਸ਼ ਕਿਹੜਾ ਮੰਤਰ ਮੰਤਰ ਸਰਕਾਰ ਦੇ ਮਗਰ ਬੈਠੇ ਆ ਇੱਕ ਵਾਰੀ ਉੱਠ ਕੇ ਬਹਿ ਜਾ ਕੁਰਸੀਆਂ ਨੂੰ ਤੇ ਹੱਲ ਨਹੀਂ एक नंबर लास्ट लास्ट 11,000 का इतने रखो बोले 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 हाले री फैसले अधूरे जितने ना रहे नंबर एक रह गया पटाके पूरे पैण गए एक पॉइंट में सारे कहते मेले का ਹੋਲੇ ਕੋਲ ਕੀ ਹੋਈ ਗਰੀ ਹੈਪੀ ਹੋਵੇ ਜਿਹਨਾਂ ਚ ਚਾਹ ਨਹੀਂ ਮੁਕਦੀ ਮੈਂ ਜੰਮ ਮੈਂ ਇੱਕ ਹੋਰ ਵਾਦਾ ਲਾਤਾ ਬ੍ਰਿੰਦਰ ਕਹਿੰਦਾ ਜਿੰਨਾ ਚਿਰ ਚਾਹ ਨਹੀਂ ਮੁਕਦੀ ਗਲਾਸ ਚੋਂ ਉਹਨਾਂ ਚਿਰ ਮੈਚ ਨਹੀਂ ਮੁਕਦਾ ਲੱਗ ਜਾਂਦਾ ਬਾਬਾ ਜੀ ਪਤਾ ਜੇ ਗੱਲ ਸੱਚ ਹੋ ਗਈ ਬ੍ਰਿੰਦਰਾ ਆਓ ਵਾਹ ਬੱਚੇ ਇੱਥੇ ਦੇਉਣ ਵਾਲੇ ਦਾ ਜ਼ੋਰ ਲਵਾਈ ਜਾਂਦੇ ਦੇਉਣ ਵਾਲਾ ਪ੍ਰਦੀਪ ਹੈ ਲੱਭ ਲਿਆ ਬਾਬਾ ਹੁਣ ਮੁੰਡਿਆਂ ਨੇ ਬਾਬਾ ਲੱਭਿਆ ਰਾਮ ਗੋਦਾਲਾ ਨੇ ਹੁਣ ਭਾਵੇਂ ਲਿਬੜ ਗਏ ਵੀ ਸਾਨੂੰ ਕਹਿੰਦੇ ਤੁਸੀਂ ਰਾਮ ਨਾਮ ਲੁੱਟ ਲੋ ਆਪ ਬਾਬੇ ਮੌਜਾਂ ਲੁੱਟ ਲਏ ਹਾਂਜੀ ਹਾਂਜੀ ਉਧਰ ਰਾਜਦੀਪ ਕਹਿੰਦਾ ਵੀ ਸਮੈਸ਼ ਜੇਕਰ ਪ੍ਰਦੀਪ ਮਾਰਦਾ 10 ਪਾਉਂਡ ਦਿੱਤੇ ਜਾਣੇ ਆ ਸਮੈਸ਼ ਤੇ ਨੰਬਰ ਲਾਸਟ ਓ ਹਾਏ ਰੱਬਾ ਵੀ रायपुर बहुत तगड़े मैच लगे हर रायपुर की बी टीम दूजे नंबर से बहुत बहुत मुबारक ने लैली आओ माशा भाई नाम दे दी टीमां नूं सारी प्रबंधक।